ਹਾਂਜੀ ਮਿੱਤਰੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਰ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਲਓ ਜੀ ਹਰਪ੍ਰੀਤ ਭਾਈ ਦੇ ਚਰਾਨ ਦਾ ਕੰਮ ਆਪਾਂ ਅੱਜ ਆਹ ਖੜਾ ਟਰੈਕਟਰ ਬਿਨਾਂ ਮਰਗਾਟਾ ਤੋਂ ਦੋ ਟਰਾਲੀਆਂ ਪਾ ਲਿਆ ਆ ਦੇਖੋ ਮਰਗਾਟ ਇਹਦੇ ਪਲੇਟਾਂ ਟੁੱਟ ਗਈਆਂ ਜੀ ਕਹਿੰਦਾ ਲੈ ਕੇ ਆਉਂਦੇ ਹਾਂ ਪਟਿਆਲੇ ਤੋਂ ਦੋ ਚਾਰ ਦਿਨ ਹੋਏ ਨੇ ਟੁੱਟੀਆਂ ਨੂੰ ਵੇਦੇ ਹੋ ਕੇ ਕਹਿੰਦਾ ਲਵਾ ਦਿੰਦੇ ਹਾਂ ਹਰੇ ਭਾਈ ਹਰੇਕ ਖੇਤ 'ਚ ਮਿਲਦੀ ਆ ਸਾਨੂੰ ਦੇਖੋ ਦੱਸੋ ਕਮੈਂਟ ਕਰਕੇ ਤੁਹਾਨੂੰ ਵੀ ਮਿਲਦੀ ਆ ਮਿੱਤਰੋ ਸਾਰਿਆਂ ਨੂੰ ਦੇਖੋ ਇੱਧਰੋਂ ਸ਼ਾਇਦ ਸੂਰਜ ਕਰਕੇ ਨਾ ਦੀ ਹੋਵੇ ਦੇਖੋ ਆਹ ਦੇਖੋ ਸਾਨੂੰ ਤਾਂ ਹਰੇਕ ਖੇਤ 'ਚ ਤਕਰੀਬਨ ਮੈਨੂੰ ਲੱਗ ਗਈ ਪਤਾ ਨਹੀਂ ਕੀ ਕਣਕ ਦੇ ਵਿੱਚ ਹੋਣ ਲੱਗ ਗਿਆ ਦੇਖੋ ਆਹ ਦੇਖੋ ਆਹ ਆਉਂਦਾ ਤੁਰਿਆ ਸਰਦਾਰ ਹਰਪ੍ਰੀਤ ਸਿੰਘ ਆ ਰਿਹਾ ਬਜੋਕ ਅੱਜ ਇੱਕ ਹੋਰ ਤੋੜਤੀ ਸਾਈਡ ਤੋਂ ਝੜੀ ਹੋਈ ਸੀਗੀ ਥੋੜ੍ਹੀ ਜੀ ਇਹ ਆਪਣੇ ਗੇਅਰ ਦੇ ਆਰ ਜਿਹੜੀ ਮੇਨ ਪੋਲੀ ਦੇ ਵਿਚਾਲੇ ਹੁੰਦੀ ਆ ਗੁੱਛਾ ਕਰੋਸ ਉਹ ਆ ਇਹ ਆਹ ਦੇਖੋ ਨਵੀਂ ਲਿਆਂਦੀ ਆ ਪਾਉਂਦੇ ਹਾਂ ਹੁਣ ਫੋਰਮੈਨ ਕੋ ਆਏ ਵੇ ਹਾਂ ਬੈਠਾ ਫੋਰਮੈਨ ਗਰੀਸ ਮਾਰਦਾ ਡੱਬੀਆਂ ਨੂੰ ਪਾਉਂਦੇ ਹਾਂ ਕਰੋਸ ਗਰੂਸ ਨਵਾਂ ਲਿਆਂਦਾ ਸਭ ਕੁਛ ਜੱਸਾ ਬਾਈ ਵੀ ਬੈਠਾ ਆਹ ਦੇਖੋ ਚੱਲਦਾ ਕੰਮ ਰਿੰਕੂ ਅੱਜ ਬਿਮਾਰ ਹੈ ਘਰੇ ਆ ਰੈਸਟ ਕਰਦਾ ਜੋ ਹੋਇਆ ਵਧੀਆ ਹੀ ਹੋਇਆ ਨਜ਼ਾਰਾ ਆ ਗਿਆ ਕੋਈ ਗੱਲ ਨਹੀਂ ਚੱਲੀ ਜਾਣਾ ਤਾਂ ਇੱਕਣੇ ਚੰਗਾ ਹੀ ਹੋਇਆ ਜੋ ਹੋਇਆ ਹੀ ਜੱਟ ਦੇ ਮੁਕੱਦਰਾਂ 'ਚ ਐਸ਼ ਕਰਨੀ ਕਾਗਜ਼ਾਂ 'ਚ ਪਿਆ ਬੋਲੀ ਜਾਂਦਾ ਏ ਜਦ ਹੋ ਗਈ ਰੋਟੀ ਦਾ ਟਾਈਮ ਹੋ ਗਿਆ ਮਿੱਤਰੋ ਕੋਈ ਨਾ ਕੋਈ ਚੀਜ਼ ਮੋਢੇ 'ਤੇ ਰਹਿੰਦੀ ਹੈ ਦੇਖੋ ਪਰ ਅੱਜ ਟੁੱਟਿਆ ਪਹਿਲੀ ਵਾਰੀ ਉਹ ਹੈ ਰੋਟੀ ਦਾ ਟਾਈਮ ਹੋਇਆ ਸੀ ਜਿਹਦੇ ਮਾਰਿਆ ਮੋਛਾ ਪਾ ਤਾ ਆਪਣੇ ਜੋਕ ਦਾ ਇਹ ਕਾਗਜ਼ਾਂ 'ਚ ਬੋਲਦੀ ਆ ਲਿਖੀ ਜੱਟ ਦੇ ਮੁਕੱਦਰਾਂ 'ਚ ਐਸ਼ ਕਰਨੀ ਜੱਸੇ ਬਾਈ ਨੇ ਹੁਣ ਬਾਹਾਂ 'ਚ ਲਮਕਾ ਲਿਆ ਪਹਿਲਾਂ ਮੋਢੇ 'ਤੇ ਰੱਖੀ ਆਉਂਦਾ ਰਹੀ ਦੋਏ ਜੋਕਾਂ ਆਪਾਂ ਨੇ ਸੈੱਟ ਕਰਕੇ ਜੱਸਾ ਬਾਈ ਖਾਂਦਾ ਰੋਟੀ ਜੀ ਲਵਲੀ ਦੇ ਹਰਪ੍ਰੀਤ ਦੇ ਬਣਾਇਆ ਇਹ ਸੱਤ ਅੱਠ ਟਰਾਲੀਆਂ ਅਤੇ ਲਵਲੀ ਦੇ ਆ ਕੇ ਲਾਤਾ ਚੱਲਦੀ ਹੈ ਜੀ ਤੀਜੀ ਚੌਥੀ ਟਰਾਲੀ ਚੱਲਦੀ ਆ ਹਾਂਜੀ ਲਵਲੀ ਦੇ ਅਤੇ ਚੱਲ ਰਿਹਾ ਕੰਮ ਲਾਉਣ ਗਏ ਸੁੱਕ ਅਤੇ ਦੋਵੇਂ ਪਾਸੇ ਮੱਕੀ ਆ ਦੇਖੋ ਤੁਹਾਨੂੰ ਦੱਸਿਆ ਜੀ ਮੈਂ ਮੱਕੀ ਤੋਂ ਬਿਨਾਂ ਤਾਂ ਖੇਤ ਨਹੀਂ ਮਿਲਦੇ ਇੱਧਰ ਵੀ ਆ ਅਤੇ ਆ ਵੀ ਆ ਰਿੰਕੂ ਬਾਈ ਅੱਜ ਬਿਮਾਰ ਹੈ ਜੱਸਾ ਹੀ ਆ ਜੱਸਾ ਚਲਾ ਰਿਹਾ ਇਕੱਲਾ ਦੱਬੀ ਫਿਰਦਾ ਤੀਏ ਏ 'ਚ ਤੋਰਾ ਦੇਖ ਸਕਦੇ ਤੁਹਾਡੇ ਸਾਹਮਣੇ ਹੀ ਆ ਚੱਲ ਰਿਹਾ ਕੰਮ ਪੰਜ ਚਾਰ ਦਿਨ ਦੇ ਦੇਵੇ ਰੱਬ ਵਧੀਆ ਪਿੰਡੇ ਚੱਲਦੇ ਹਾਂ ਸਲਾਣੀ ਲਵਲੀ ਦੇ ਕਰਦੇ ਨੇ ਪਾਣੀ ਪੀਂਦੇ ਨੇ ਟਰਾਲੀਆਂ ਦਿੱਤੀਆਂ ਲਾ ਇਹਨਾਂ ਨੇ ਆਹ ਦੇਖੋ ਪਾਣੀ ਪੂਣੀ ਪੀਂਦੇ ਨੇ ਚਾਹ ਪੀਂਦੇ ਨੇ ਆਹ ਬੈਠਾ ਠੇਕੇਦਾਰ ਸਾਹਿਬ ਲਓ ਆਹ ਦੇਖੋ ਨਜ਼ਾਰੇ ਲੈਂਦੇ ਨੇ ਫੁੱਲ ਤੇਲ ਪਾਉਣ ਆਏ ਸੀ ਹਜ਼ਾਰ ਲੀਟਰ ਹੋ ਗਿਆ ਪੂਰਾ ਆਪਣਾ ਹੋ ਗਿਆ ਇਹ 230 ਟਰਾਲੀਆਂ ਅਤੇ 1000 ਲੀਟਰ ਟਰੈਕਟਰ ਤੇਲ ਖਾ ਗਿਆ ਜੀ ਹੁਣ ਟੈਂਕੀ ਭਰਾਉਣ ਆਇਆ ਆਪਾਂ ਦੇਖੋ ਦੋਵੇਂ ਨਜ਼ਰਾਂ ਚੱਲਦੀਆਂ ਨੇ ਟੈਂਕੀ ਆਪਾਂ ਤੇਲ 700 ਲੀਟਰ 1000 ਪਹਿਲਾਂ ਹੋ ਗਿਆ ਸੀ 1000 ਨਾਲ ਆਪਣੀ ਬਣੀ ਹੈ 230 ਟਰਾਲੀਆਂ 30 ਕੁ ਅੰਦਾਜ਼ਾ ਜਿਹਾ ਇੰਨੀਆਂ ਕੁ ਬਣੀਆਂ ਨੇ ਅਤੇ 700 ਲੀਟਰ ਹੁਣ ਭਰਾ ਲਿਆ ਚੱਲਦੇ ਹਾਂ ਪਿੰਡ ਨੂੰ ਲੈ ਕੇ ਤਾਂ ਜੀ ਜੱਸਾ ਬਾਈ ਇਕੱਲਾ ਹੀ ਅੱਜ ਅਤੇ ਰਿੰਕੂ ਤੁਹਾਨੂੰ ਦੱਸਿਆ ਜੀ ਬਿਮਾਰ ਹੋ ਗਿਆ ਉੱਚੀ ਆਉਂਦਾ ਕੰਮ ਨੂੰ ਇਕੱਲਾ ਹੀ ਵਧੀਆ ਨਿਬੇੜੀ ਜਾਂਦਾ ਹੁਣ ਪਹਿਲਾਂ ਦੂਏ ਲੋੜ ਚੱਲਦਾ ਸੀ ਉੱਧਰ ਪਰੇ ਫਿਰ ਕਰਦਾ ਘੁੰਮ ਗਿਆ ਹੁਣ ਵੱਟਾਂ ਦੇ ਦੂਏ ਲੋਟ ਨੂੰ ਚੱਲ ਪਿਆ ਅਤੇ ਲੰਬੇ ਲੋਟ ਘੇਰਾ ਬਗਲ ਲਿਆ ਟਰਾਲੀ ਸਮਝ ਲਓ ਇੱਕ ਡੇਢ ਰਹਿ ਗਈ ਡਬਲੀ ਰਹਿ ਗਿਆ ਟਰਾਲੀ ਦੇਖੋ ਟਰਾਲੀ ਹੋਈ ਸੀ ਪਾਉਂਦੇ ਹਾਂ ਵੀਰ ਨਾਲ ਦੂਜੀ ਟਰਾਲੀ ਬਸ ਇਹਦਾ ਆਹੀ ਆ ਜਿਹੜਾ ਰਹਿ ਜੂ ਗੇੜਾ
आप गले बना देंगे। चलाता जी विक्की बाई दे रीपर, अज तीसरी जगह लाता, तीन बंदे थे, तीजे बंदे का नंबर लग गया, चार कीले ये ने लाण तो हल्का ही है वीर दे। चलो कलर चाह कालज की कंध नाल चलता जी विक्की बाई दे, माल बहुत हल्का जी है नहीं, माल जमा ही ट्राली भरन का नौ नहीं लेंदी, बाला माल थल्यों बढ़ी हुई है कणक तो लिते लिते चक हो रही है, दूए तो फिर चले नहीं रहा हूँ, मां जताए ने अपने जस्से बाई ने फिर भी सफाई करती, देखो बाला हल्का माल है आ लाना जी, जमा ही है नहीं गा समझ लो, कलर की पैड़ी है वो करके थोड़ा जहा इदा ही होंगे, उरे झाड़ कहता सोहना हो गया, कणक रहेगी दान च फौली सिटे की बिजाई करी भी है वीर जी, और कंध तक दूसरी ट्राली इन्नी हो गई, कंध तो ज्यादा तकरीबन हो गई, अपनी आह खड़ी है करके भरी खाली खड़ी है, नहीं तो तकरीबन ईजी चलती आँदी है, दो आप भर के खड़ा होते हैं, चलो मौसम दो दिन का तो है हम ठीक, बाकी पता कोई नहीं रब दे रंगा का, सूआ एक ने बिना खाड़ बढ़े, देखो जस्से बाई ने दादा लीवर बरसीन वाली जगह च कासनी बहुत दम गए बना रहा, पक्की जा दवे नहीं रात को फिर डुब डुब हो लग गई ना, फिर कम निबड़े बहुत हरे भाई है, दिखा तो हरे भाई तो बिना तो सू पलाट ही नहीं कोई मिलता, लो जी देखो मारो झाती बरसीन के बूझे ने बिच ते कासनी है, इनू कहते हैं जड़ी रह बहुत नजायज है, की ट्राली ये लै चलिया तीजी क तीजी रीपर चले रहा, देखो तीजी ट्राली जाती है मैसी 246 लास्ट ट्राली लई 8:17 हो गए बंद कर लगे, बस वत्तवा 8:30 हो जाएंगे, इदो वध नहीं हुंदा टाइम, तो लास्ट गेड़ा है आ रहा लई जस्सा बाई, चलदे आ पिंड नूं जाके तेल तूल पाउने आ, ब्रेड ब्रूड जिहड़े रहिंदे ने माड़े मोटे कोई टुट्टे पा कर दें सैटिंग, मक्की वाला कटर करता पास सेल, चलिया जलंधर नूं इह वीर चलिया छड्डण गड्डी वाला, आ देखो गड्डी गई आ, हाँ देखो गड्डी आ गई लैके वीर जाऊगा हुण रात नूं, ते देखो सेल करता है मक्की वाला कटरा एक 22 मॉडल, देखो मित्रों रेडिएटर मूहरे चौक गर्दे नाल इन्ना बरीक है ये करके चौक हो जाता छेती, हूँ ट्रैक्टर गर्म नहीं होंदे, जे माड़ा जिहा मूहरे गर्दा लग जाए खासा चंगा चल इन्ने का की होना, फिर सूई चक्कन लग जाता नहीं तो ठीक रहा, ऊनी जमा ही गर्म होते नॉर्मल चलते हैं ट्रैक्टर, बाला बरीक होने करके मूहरे सह नहीं आता हवा नहीं लंघती, फिर जरूर हो जाते हैं चौक होने कारण गर्म हो लग जाता, हूँ देखो एक बैटरी पई है मूहरे हवा में जगह नहीं हैगी, बहुत घट है मूहरे एयर कलिंटर है वो कारण सूई चक्कर लग जाता, नहीं कोई चक्कर नहीं, नहीं सारी ओके एयरपोर्ट